चार जानिया लेडीज बच गई मतलब तीन बज गई कन्ना दो गोली उच्चा सुनता वा इस करके ना इन्हों के सड़ा बच गई पहला तो पुठे दात्र मारे एखो इतो नाल ही आ कोई ज्यादा दूर नहीं है स्टॉप रोड से है जी बालकनाथा मंदिर ओरी बैक साइड ही तहु पता महाराज साडा कारोबार ही ए मन के खाने वाले साढ़े घर चो हाँ जी जे मान लो अपने को नहीं है तो आप ये कह सकते चल जाओ करो ए मतलब ये थोड़ी उन्हें नशा किया हो मुंडे के भरा ने फिर महाराज दातर लैके मगर चढ़ गया तो यह तो चलो दौड़ के बच गई ए बेचारी दातर मार मामला है बटाला शहर का जिथे व्याह की वधाई लैन गए पंडा ते परिवार ने दस्ती हथियार नाल हमला कर जख्मी कर दिता पीड़ित पंडा वालों पुलिस नु शिकायत कर इंसाफ की मांग की जा रही है इस संबंधी जानकारी दिंदिया पीड़ित पंड ने दसिया कि उसकी पत्नी रज्जी अते होर दो औरतां शहर विच किसी दे घर व्याह की वधाई लैन गई सन ਵਿਆਹ ਵਾਲੇ ਘਰ ਵਿੱਚੋਂ ਇੱਕ ਮੁੰਡੇ ਨੇ ਉਹਨਾਂ ਨੂੰ ਵਧਾਈ ਦੇ 200 ਰੁਪਏ ਦਿੱਤੇ ਪਰ ਜਦੋਂ ਉਹਨਾਂ ਹੋਰ ਵੇਲਾ ਮੰਗੀਆਂ ਤਾਂ ਅੱਗੋਂ ਉਹਨਾਂ ਦਾ ਮੁੰਡਾ ਅੰਦਰੋਂ ਦਾਤਰ ਕੱਢ ਕੇ ਲੈ ਆਇਆ ਅਤੇ ਉਹਨਾਂ ਤੇ ਹਮਲਾ ਕਰ ਇੱਕ ਨੂੰ ਜ਼ਖਮੀ ਕਰ ਦਿੱਤਾ ਉਹਨਾਂ ਨੇ ਉੱਥੋਂ ਭੱਜ ਕੇ ਆਪਣੀ ਜਾਨ ਬਚਾਈ ਅਤੇ ਉਹਨਾਂ ਨੇ ਇਨਸਾਫ ਦੀ ਮੰਗ ਕੀਤੀ ਹੈ ਦੂਜੇ ਪਾਸੇ ਪੁਲਿਸ ਅਧਿਕਾਰੀਆਂ ਨੇ ਪੀੜਤ ਪੰਡਾਂ ਦੀ ਸ਼ਿਕਾਇਤ ਦਰਜ ਕਰ ਜਾਂਚ ਸ਼ੁਰੂ ਕਰ ਦਿੱਤੀ ਹੈ ਅਤੇ ਕਿਹਾ ਕਿ ਇਹਨਾਂ ਨੂੰ ਇਨਸਾਫ ਦਿੱਤਾ ਜਾਵੇਗਾ ਬਟਾਲਾ ਤੋਂ ਰੋਹਿਤ ਗੁਪਤਾ ਦੀ ਰਿਪੋਰਟ ਪੰਜਾਬ ਅਬ ਤੱਕ ਵਿਆਹ ਕੇ ਆਏ ਸੀ ਅਤੇ ਅਸੀਂ ਉਹਨਾਂ ਦੇ ਘਰ ਵਧਾਈ ਲੈਣ ਗਏ ਸਾਂ 200 ਰੁਪਏ ਸਾਨੂੰ ਉਹਨਾਂ ਵਧਾਈ ਦੇ ਦਿੱਤਾ ਅਤੇ ਜਿਹੜੇ ਨੇ ਸਾਨੂੰ ਦਿੱਤਾ ਉਹਨਾਂ ਵਧਾਈ ਦਿੱਤੀ ਆ ਵੱਡਾ ਭਰਾ ਸੀ ਉਹਨਾਂ ਨਸ਼ਾ ਬੜਾ ਕੀਤਾ ਪਤਾ ਨਹੀਂ ਸ਼ਰਾਬ ਪੀਤੀ ਕਿ ਕੀ ਖਾਧਾ ਇਹਦਾ ਨਹੀਂ ਸਾਨੂੰ ਪਤਾ ਕਿ ਉਹਨਾਂ ਸ਼ਰਾਬ ਪੀਤੀ ਕਿ ਪਤਾ ਨਹੀਂ ਕੀ ਕੀਤਾ ਅਤੇ 200 ਰੁਪਏ ਸਾਨੂੰ ਦਿੱਤਾ ਅਤੇ ਅਸੀਂ ਆਖਿਆ ਭਰਾ ਭਰਜਾਈ ਵਿਆਹ ਕਿ ਨਹੀਂ ਉਹ ਤੋਂ ਵੇਲ ਮੰਗੀ ਆ ਮੈਂ ਆਖਿਆ ਉਹਨੂੰ ਵੇਲ ਦੇ ਤੇਰੀ ਮਹਾਰਾਜ ਨੇ ਵੇਲ ਵਧਾਈ ਆ ਇੱਕ ਵਾਰੀ ਮੈਂ ਕਹਿਤਾ ਇੱਕ ਵਾਰੀ ਫਿਰ ਕਹਿਤਾ ਉਹਦੀ ਮੰਮੀ ਮੁੜ ਕੇ ਨਿਕਲੀ ਬਾਹਰ ਮੁੰਡੇ ਦੀ ਕਹਿੰਦੀ ਜਿਸ ਤਰ੍ਹਾਂ ਤੂੰ ਲੋਕਾਂ ਨੇ ਕਰਦਾ ਉਹਨਾਂ ਨੇ ਭਜਾਉਣਾ ਉਹਨਾਂ ਇਹਨਾਂ ਨੂੰ ਵੀ ਇਸ ਤਰ੍ਹਾਂ ਹੀ ਭਜਾ ਉਹ ਮੁੜ ਕੇ ਅੰਦਰ ਗਿਆ ਅਤੇ ਅੰਦਰੋਂ ਦਾਤਰ ਲੈ ਕੇ ਨਿਕਲਿਆ ਵਾ ਅਤੇ ਸਾਡੇ 'ਚ ਇੱਕ ਜਣੀ ਨੇ ਵੇਖਿਆ ਮੈਨੂੰ ਕਹਿੰਦੇ ਛੇਤੀ ਨਾਲ ਭੱਜ ਦਾਤਰ ਲੈ ਕੇ ਆ ਗਿਆ ਅਤੇ ਅਸੀਂ ਆਖਿਆ ਕਦੀ ਸਾਡੇ ਨਾਲ ਇਹੋ ਦੀ ਵਾਰਦਾਤ ਨਹੀਂ ਹੋਈ ਵੀ ਅਤੇ ਹੁਣ ਵੀ ਨਹੀਂ ਹੁੰਦੀ ਅਤੇ ਅਸੀਂ ਉਸ ਕਾਰਨ ਮੁੜ ਕੇ ਅਸੀਂ ਹੌਲੀ ਹੌਲੀ ਤੁਰੇ ਜਾਂਦੇ ਉਹ ਹੱਥ 'ਚ ਦਾਤਰ ਜਦੋਂ ਵੇਖ ਲਿਆ ਨਾ ਮੈਂ ਆਪਣੀ ਸੱਸ ਦਾ ਗੁੱਟ ਫੜ ਲਿਆ ਮੇਰੀ ਮੰਮੀ ਦਾ ਇਹਦਾ ਗੁੱਟ ਫੜਦਾ ਮੇਰੇ ਹੱਥੋਂ ਕਾਲੀ ਨਾ ਗੁੱਟ ਛੁੱਟ ਗਿਆ ਅਸੀਂ ਤਿੰਨ ਜਣੀਆਂ ਭੱਜੀਆਂ ਅਤੇ ਇਹਦੇ ਦਾਤਰ ਪਹਿਲਾਂ ਪੁੱਠਾ ਲੱਤ 'ਤੇ ਵੱਜਿਆ ਉੱਥੇ ਨੀਲ ਪਿਆ ਹੋਇਆ ਮੁੜ ਕੇ ਇਹਦੇ ਸਿਰ 'ਤੇ ਮਾਰਨ ਲੱਗਾ ਇਹਨੇ ਇਸ ਰੁੱਖ ਗੁੱਟ ਕਰ ਲਿਆ ਅਤੇ ਆਹ ਚੀਜ਼ ਜਿਹੜੀ ਇਹਦੀ ਵੱਢੀ ਗਈ ਚਾਰ ਜਣੇ ਚੌਂਕ ਸਿੰਬਲ ਚੌਂਕੀ ਚਾਹੁੰਦੇ ਵੀ ਅਸੀਂ ਸਾਨੂੰ ਇਨਸਾਫ ਮਿਲੇ ਹਾਂਜੀ ਨਹੀਂ ਨਾ ਨਹੀਂ ਸਾਨੂੰ ਪਤਾ ਅਸੀਂ ਹਰ ਘਰ ਵਧਾਈਆਂ ਲੈਣ ਜਾਂਦੇ ਸਾਨੂੰ ਨਾਵਾਂ ਦਾ ਨਹੀਂ ਪਤਾ ਬਾਲਕਨਾਥ ਦਾ ਜਿਹੜਾ ਮੰਦਰ ਉਹਦੇ ਪਿੱਛੇ ਉਹਦੇ ਵਿੱਚ ਭੀੜੀ ਜੀ ਗਲੀ ਉਹਦੇ ਵਿਚਕਾਰ ਉਹਨਾਂ ਦਾ ਨਾ ਵਧਾਈ ਦੇ ਥਾਂ ਸਾਨੂੰ ਦਾਤਰ ਮੇਰੀ ਘਰ ਦੀ ਨੂੰ ਫੇਰਿਆ ਹਨ ਇੱਥੇ ਹਰ ਆਪਣੇ ਸਟਾਪ ਰੋਡ 'ਤੇ ਬਾਲਕਨਾਥ ਦਾ ਮੰਦਰ ਜਿਹੜਾ ਉਹਦੇ ਪਿਛਲੇ ਬੰਨੇ ਉਹਦਾ ਘਰ ਆ ਨਾਂ ਦਾ ਨਹੀਂ ਪਤਾ ਤਾਂ ਘਰ ਉਹਦਾ ਪਿਛਲੇ ਬੰਨੇ ਹੈਗਾ ਅਤੇ ਜੇ ਨਾ ਸਾਨੂੰ ਇਹ ਇਨਸਾਫ ਮਿਲਿਆ ਤਾਂ ਅਸੀਂ ਜੋ ਭਾਂਡੇ ਹਿੰਦੁਸਤਾਨ ਦਾ ਇਕੱਠਾ ਆ ਕੇ ਉੱਥੇ ਧਰਨੇ ਦੇਵਾਂਗੇ ਅਸੀਂ 12 ਟਾਂਕੇ ਲੱਗੇ ਨੇ ਜੀ ਅਤੇ ਵਧਾਈ ਦਾ ਅਸੀਂ ਬਚਪਨ ਤੋਂ ਬਾਬੇ ਮਰਦਾਨੇ ਦੀ ਆਲਾਤ ਤੋਂ ਸਾਨੂੰ ਬਖਸ਼ਿਆ ਵੀ ਤੁਸੀਂ ਇਹ ਕੰਮ ਕਰੋ ਤਾਂ ਅਸੀਂ ਕਰਨ ਡੇ ਤੁਹਾਡੀਆਂ ਅਰਦਾਸਾਂ ਕਰਨੀਆਂ ਵੀ ਤੁਹਾਨੂੰ ਬੱਚਿਆਂ ਪੋਤਰੇ ਨੋਹਾਂ ਦੇ ਭਾਗ ਲਾਵੇ ਅਸੀਂ ਜਾਈਏ ਪਰ ਪਹਿਲਾ ਚੈਂਸ ਹੋਇਆ ਸਾਡੇ ਨਾਲ ਉਹਦੀ ਮਾਂ ਨੇ ਹਲਾਸ਼ੇਰੀ ਦਿੱਤੀ ਹੈਗੀ ਵੀਰ ਕੌਰ ਨੇ ਦਰਖਾਸਤ ਦਿੱਤੀ ਸੀ ਭਾਈ ਇਸ ਤਰ੍ਹਾਂ ਅਸੀਂ ਇੱਥੇ ਵਧਾਈ ਲੈਣ ਗਏ ਇਹਨਾਂ ਦੇ ਵਿਆਹ 'ਤੇ ਅਤੇ ਇਹ ਸਾਡੇ ਦਾਤਰ ਪੁੱਤਰ ਕੋਲ ਮਾਰੇ ਝਗੜਾ ਹੋਇਆ ਅਤੇ ਇਹਨਾਂ ਦੀ ਅਸੀਂ ਤਫਤੀਸ਼ ਕਰ ਰਹੇ ਹਾਂ ਅਤੇ ਅਮਲ ਵਿੱਚ ਲਿਆਦੀ ਜਾਏਗੀ ਕਾਰਵਾਈ ਪੂਰੀ ਚੱਲ ਰਹੀ ਹੈ ਸਰ ਇਹ ਪਹਿਲਾਂ ਬੰਦ ਦੇ ਚੱਕਰ 'ਤੇ ਉੱਧਰ ਬੰਦ ਕਰਾਉਂਦੇ ਰਹੇ ਹੋਰ ਵੀ ਸਾਡੇ ਕੋਲ ਟਾਈਮ ਨਹੀਂ ਜਿਹੜਾ ਲੱਗਾ ਅਤੇ ਤਫਤੀਸ਼ ਪੂਰੀ ਫਿਰ ਤੁਹਾਨੂੰ ਦੱਸੀ ਜਾਏਗੀ ਸਰ ਪਤਾ ਲੌਕਡਾਊਨ ਚੱਲ ਰਿਹਾ ਅਤੇ ਤਾਂ ਕਰਕੇ ਸਾਡੇ ਕੋਲ ਟਾਈਮ ਨਹੀਂ ਹੁਣ ਅਤੇ ਤਫਤੀਸ਼ ਕਰ ਰਹੇ ਹਾਂ